ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਇਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਾਸਟਰ ਕੇਡਰ ਵਿਸ਼ਾ ਪੰਜਾਬੀ, ਇਹਦਾ ਸਿਲੇਬਸ 2019 ਅਤੇ 2020 ਕੀ ਇਹਦੇ ਵਿੱਚ ਚੇਂਜ ਹੋਇਆ, ਕੀ ਸਿਲੇਬਸ ਹੈ ਇਹਦਾ, ਕਿਸ ਆਧਾਰ 'ਤੇ ਇਹਦੇ ਵਿੱਚ ਹੈ, ਜੋ ਕੁਐਸਚਨ ਹੋਣਗੇ ਸਾਰਾ ਤੁਹਾਡੇ ਅਸੀਂ ਨਾਲੇ ਜੋ ਸ਼ੇਅਰ ਕਰਾਂਗੇ। ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਚੰਗੀ ਤਰ੍ਹਾਂ ਹੈ ਜੋ ਸਿਲੇਬਸ ਤੁਸੀਂ ਨੇ ਰੀਡ ਕਰਨਾ ਹੈ। ਮਾਸਟਰ ਕੇਡਰ ਸਬਜੈਕਟ ਪੰਜਾਬੀ ਦਾ ਸਿਲੇਬਸ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ, ਕਿਸ ਵਿੱਚੋਂ ਹੈ ਜੋ ਇਹ ਪੇਪਰ ਆਉਂਦਾ। ਤਾਂ ਇਹ ਜੀ ਸਿਲੇਬਸ ਪੰਜਾਬੀ ਮਾਸਟਰ ਮਿਸਟਰੈਸ ਦਾ। ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਕਵਿਤਾ ਭਾਗ ਦੀ। ਆਧੁਨਿਕ ਕਵੀ ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ, ਦੀਵਾਨ ਸਿੰਘ ਕਾਲੇਪਾਣੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਨੰਦ ਲਾਲ ਨੂਰਪੁਰੀ, ਹੀਰਾ ਸਿੰਘ ਦਰਦ, ਬਾਬਾ ਬਲਵੰਤ, ਜਸਵੰਤ ਸਿੰਘ ਨੇਕੀ, ਜਗਤਾਰ ਪਾਸ, ਵਿਧਾਤਾ ਸਿੰਘ ਤੀਰ, ਪ੍ਰੀਤਮ ਸਿੰਘ ਸਫੀਰ, ਐਸ ਐਸ ਚਰਨ ਸਿੰਘ ਸ਼ਹੀਦ, ਇਹਦੇ ਵਿੱਚ ਹੈ ਜੋ ਆਧੁਨਿਕ ਕਾਵਿ ਵਿੱਚ ਇਹ ਆਉਂਦੇ ਹੈਗੇ। ਦੂਸਰੇ ਨੰਬਰ 'ਤੇ ਇਹਦੇ ਸਿਲੇਬਸ ਵਿੱਚ ਗੁਰਮਤਿ ਕਾਵਿ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ। ਤੀਸਰੇ ਨੰਬਰ 'ਤੇ ਜੀ ਸੂਫੀ ਕਾਵਿ, ਜਿਹਦੇ ਵਿੱਚ ਸ਼ੇਖ ਫਰੀਦ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ। ਨੰਬਰ 4 'ਤੇ ਜੀ ਕਿੱਤਾ ਕਾਵਿ, ਜਿਹਦੇ ਵਿੱਚ ਵਾਰਿਸ ਸ਼ਾਹ, ਪੀਲੂ, ਹਾਸਮ ਸ਼ਾਹ, ਕਾਦਰ ਯਾਰ, ਦਮੋਦਰ, ਹਾਫਿਜ਼ ਵਰਖੁਦਾਰ। ਪੰਜਵੇਂ ਨੰਬਰ 'ਤੇ ਹੈਗਾ ਜੀ ਵੀਰ ਕਾਵਿ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਾਹ ਮੁਹੰਮਦ ਨਜਾਬਤ। ਛੇਵੇਂ ਨੰਬਰ 'ਤੇ ਹੈਗਾ ਜੀ ਸਾਡਾ ਵਾਰਤਕ ਭਾਗ, ਜਿਹਦੇ ਵਿੱਚ ਨੇ ਗਿਆਨੀ ਦਿੱਤ ਸਿੰਘ, ਪੰਡਿਤ ਸ਼ਰਧਾ ਰਾਮ ਫਿਲੋਰੀ, ਬਿਹਾਰੀ ਲਾਲ ਪੁਰੀ, ਲਾਲ ਸਿੰਘ ਕਮਲਾ, ਅਕਾਲੀ ਸੂਬਾ ਸਿੰਘ, ਬਲਰਾਜ ਸਾਨੀ, ਡਾਕਟਰ ਟੀ ਆਰ ਸ਼ਰਮਾ, ਡਾਕਟਰ ਕਿਰਪਾਲ ਸਿੰਘ ਘੁੰਮਣ, ਪ੍ਰਿੰਸੀਪਲ ਤੇਜਾ ਸਿੰਘ, ਸਰਦਾਰ ਗੁਰਬਖਸ਼ ਸਿੰਘ, ਡਾਕਟਰ ਬਲਵੀਰ ਸਿੰਘ, ਸਰਦਾਰ ਕਪੂਰ ਸਿੰਘ, ਪ੍ਰੋਫੈਸਰ ਪੈਰਾ ਸਿੰਘ ਪਦਮ, ਗਿਆਨੀ ਗੁਰਦੁੱਤ ਸਿੰਘ। ਡਾਕਟਰ ਨਰਿੰਦਰ ਸਿੰਘ ਕਪੂਰ। ਤਾਂ ਸੱਤਵੇਂ ਨੰਬਰ 'ਤੇ ਆਉਂਦਾ ਜੀ ਕਹਾਣੀਆਂ, ਜਿਹਦੇ ਵਿੱਚ ਨਾਨਕ ਸਿੰਘ, ਨਵਤੇਜ ਸਿੰਘ, ਨੌਰੰਗ ਸਿੰਘ, ਸੰਤੋਖ ਸਿੰਘ ਧੀਰ, ਡਾਕਟਰ ਦਲੀਪ ਕੌਰ ਟਿਵਾਣਾ, ਮੋਹਨ ਭੰਡਾਰੀ, ਸੁਜਾਨ ਸਿੰਘ, ਰਘੁਵੀਰ ਢੰਡ, ਵਰਿਆਮ ਸੰਧੂ, ਗੁਰਬਖਸ਼ ਸਿੰਘ, ਗੁਰਮੁਖ ਸਿੰਘ ਮੁਸਾਫਰ, ਕੁਲਵੰਤ ਸਿੰਘ ਵਿਰਕ ਅਤੇ ਅਜੀਤ ਕੌਰ। ਅੱਠਵੇਂ ਨੰਬਰ 'ਤੇ ਆਏਗਾ ਜੀ ਇਕਾਂਗੀ, ਆਈ ਸੀ ਨੰਦਾ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਸੰਤ ਸਿੰਘ ਸੇਖੋਂ ਅਤੇ ਡਾਕਟਰ ਹਰਚਰਨ ਸਿੰਘ। ਇਹ ਅਸੀਂ ਬੀ ਏ ਦੇ ਵਿੱਚ ਵੀ ਇਹ ਜੋ ਰੀਡ ਕੀਤੇ ਹੋਏ ਨੇ ਬੀ ਏ ਦੀ ਪੰਜਾਬੀ ਲੈਂਗੁਏਜ ਵਿੱਚ। ਨੌ ਨੰਬਰ 'ਤੇ ਹੈਗੇ ਜੀ ਨਾਵਲਕਾਰ, ਨਾਨਕ ਸਿੰਘ ਦੇ, ਗੁਰਦਿਆਲ ਸਿੰਘ, ਜਸਵੰਤ ਸਿੰਘ ਕਮਲ, ਅੰਮ੍ਰਿਤਾ ਪ੍ਰੀਤਮ, ਨਿਰੰਜਨ ਅਤੇ ਤਸਲੀਮ। ਦਸਵੇਂ ਨੰਬਰ 'ਤੇ ਹੈਗਾ ਜੀ ਨਾਟਕ, ਜਿਹਦੇ ਵਿੱਚ ਬਲਵੰਤ ਗਾਰਗੀ, ਚਰਨਦਾਸ ਸਿੱਧੂ ਅਤੇ ਆਈ ਸੀ ਨੰਦਾ ਨੇ। ਗਿਆਰਵੇਂ ਨੰਬਰ 'ਤੇ ਹੋ ਗਿਆ ਜੀ ਸਵੈ ਜੀਵਨੀਆਂ, ਜਿਵੇਂ ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਡਾਕਟਰ ਦਲੀਪ ਕੌਰ ਟਿਵਾਣਾ, ਗੁਰਬਖਸ਼ ਸਿੰਘ ਪ੍ਰੀਤਲੜੀ, ਡਾਕਟਰ ਮਹਿੰਦਰ ਸਿੰਘ ਰੰਧਾਵਾ, ਸੁਹਿੰਦਰ ਸਿੰਘ ਵਣਜਾਰਾ ਵੇਦੀ ਅਤੇ ਅਜੀਤ ਕੌਰ ਸੁਹਿੰਦਰ। 12 ਨੰਬਰ 'ਤੇ ਹੈ ਜੀ ਸਾਹਿਤ ਦੇ ਭਿੰਨ ਭਿੰਨ ਰੂਪਾਂ ਦੀ ਚਰਚਾ, ਇਹਦੇ ਵਿੱਚੋਂ ਹੈ ਜੋ ਕੁਐਸਚਨ ਆਉਣਗੇ। 13ਵੇਂ ਨੰਬਰ 'ਤੇ ਹੈ ਜੀ ਪੰਜਾਬੀ ਲੋਕ ਸਾਹਿਤ ਦੇ ਭਿੰਨ ਭਿੰਨ ਰੂਪ। 14ਵੇਂ ਨੰਬਰ 'ਤੇ ਹੈਗਾ ਜੀ ਪੰਜਾਬੀ ਸੱਭਿਆਚਾਰ ਸੰਬੰਧੀ, ਯਾਨੀ ਕਿ ਪੰਜਾਬੀ ਕਲਚਰ ਨਾਲ ਰਿਲੇਟਡ। 15 ਸਟਾਰਟ ਹੋਏਗੀ ਜੀ ਪੰਜਾਬੀ ਵਿਆਕਰਨ, ਜਿਹਦੇ ਵਿੱਚ ਭਾਸ਼ਾ ਜਾਂ ਬੋਲੀ ਅਤੇ ਉਸ ਦੀਆਂ ਕਿਸਮਾਂ। ਦੂਸਰੇ ਨੰਬਰ 'ਤੇ ਵਿਆਕਰਨ ਦੇ ਭਾਗ, ਜਿਵੇਂ ਧੁਨੀ ਬੋਧ, ਸ਼ਬਦ ਅਰਥ ਬੋਧ ਅਤੇ ਵਾਕ ਬੋਧ। ਨੰਬਰ 3 'ਤੇ ਹੋਣਗੇ ਜੀ ਵਿਸਰਾਮ ਚਿੰਨ। ਨੰਬਰ 4 'ਤੇ ਪੰਜਾਬੀ ਸ਼ਬਦ ਜੋੜ, ਮੁਹਾਵਰੇ, ਅਖਾਣਾਂ। 5ਵੇਂ ਨੰਬਰ 'ਤੇ ਹੋਣਗੀਆਂ ਜੀ ਪੰਜਾਬੀ ਦੀਆਂ ਉਪਭਾਸ਼ਾਵਾਂ। ਇਹ ਸਾਰੀਆਂ ਚੀਜ਼ਾਂ ਹੈ ਜੋ ਅਸੀਂ ਪੰਜਾਬੀ ਵਿਆਕਰਨ ਹੋ ਗਿਆ ਜਾਂ ਸਾਹਿਤ ਹੋ ਗਿਆ, ਇਹਨਾਂ ਤਿਆਰੀ ਅਸੀਂ ਪੰਜਾਬ ਟੈਟ ਵੀ ਵਿੱਚ ਵੀ ਕੀਤੀ ਹੈ। ਤੋ ਇਸੇ ਦੇ ਆਧਾਰ 'ਤੇ ਲਗਭਗ ਮਿਲਦਾ ਜੁਲਦਾ ਸੇਮ ਸਿਲੇਬਸ ਹੁੰਦਾ, ਬਸ ਫਰਕ ਇੰਨਾ ਕੁ ਹੁੰਦਾ ਕਿ ਅੱਗੇ ਇੱਕ ਸਬਜੈਕਟ ਹੋ ਜਾਂਦਾ। ਪੰਜਾਬ ਟੈਟ ਵਿੱਚ ਜੋ ਜ਼ਿਆਦਾ ਸਬਜੈਕਟ ਹੁੰਦੇ ਨੇ। ਇੱਕ ਵਾਰ ਫਿਰ ਤੋਂ ਤੁਹਾਨੂੰ ਹੈ ਜੋ ਪੰਜਾਬ ਟੈਟ ਵਾਲਾ ਜੋ ਪੰਜਾਬੀ ਦਾ ਸਿਲੇਬਸ ਹੋਏਗਾ ਉਹ ਵੀ ਰਿਪੀਟ ਕਰਨਾ ਹੋਏਗਾ, ਅਤੇ ਨਾਲ ਨਾਲ ਹੈ ਜੋ ਨਵੇਂ ਨਵੇਂ ਜੋ ਵੀ ਕੁਐਸਚਨ ਬਣਦੇ ਆ ਉਹ ਹੈ ਤੁਸੀਂ ਰੀਡ ਕਰਨੇ ਹੋਣਗੇ।
ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਹੋਰ ਵੀ ਦੱਸ ਦਿੰਦੇ ਹਾਂ। ਤਾਂ ਇਸ ਤੋਂ ਇਲਾਵਾ ਇਹਦੇ ਵਿੱਚ ਜੋ ਲਿੰਗ ਵਾਚਨ ਅਤੇ ਕਾਲ ਨਾਲ ਸੰਬੰਧਿਤ ਕੁਐਸਚਨ ਹੋਣਗੇ। ਸੱਤਵੇਂ ਨੰਬਰ 'ਤੇ ਹੋਏਗਾ ਜੀ ਸੰਖੇਪ ਰਚਨਾ, ਪੈਰਾ ਰਚਨਾ, ਅਣਡਿੱਠਾ ਪੈਰਾ, ਸ਼ਬਦ ਕੋਸ਼, ਵਾਚਨ ਵਿਧੀ। ਅੱਠਵੇਂ ਨੰਬਰ 'ਤੇ ਹੋਣਗੀਆਂ ਜੀ ਲੇਖ, ਕਹਾਣੀ, ਚਿੱਠੀ, ਬਿਨੇ ਪੱਤਰ, ਸੱਦਾ ਪੱਤਰ, ਸਫ਼ਰ, ਘਟਨਾ, ਦ੍ਰਿਸ਼, ਵਰਣਨ ਆਦਿ ਬਾਰੇ। ਨੌਵੇਂ ਨੰਬਰ 'ਤੇ ਹੋਏਗਾ ਲਿਪੀ, ਵਰਣਮਾਲਾ, ਸਵਰ ਵਿਅੰਜਨ, ਦੁੱਤਖਰ, ਦੁੱਤਖਰ ਜੋ ਪੈਰ ਵਿੱਚ ਲੱਗਦੇ ਹੈ, ਲਗਾਂ ਅਤੇ ਲਗਾਂ ਅੱਖਰ। ਇਹਨਾਂ ਦੇ ਆਧਾਰ 'ਤੇ ਹੈ ਜੋ ਮਾਸਟਰ ਕੇਡਰ ਸਬਜੈਕਟ ਪੰਜਾਬੀ ਦਾ ਹੈ ਜੋ ਸਿਲੇਬਸ ਆ ਸਾਰਾ ਇਹਦੇ ਵਿੱਚੋਂ ਹੈ ਜੋ ਕੁਐਸਚਨ ਬਣਨਗੇ। ਇਸ ਤੋਂ ਇਲਾਵਾ ਨੋਟ ਵੀ ਦਿੱਤਾ ਹੋਇਆ ਜੋ ਉਪਰੋਕਤ ਉਪ ਵਿਸ਼ਿਆਂ ਸੰਬੰਧੀ ਪ੍ਰਸ਼ਨਾਂ ਦਾ ਜੋ ਪੱਧਰ ਹੈ ਉਹ BA ਪੱਧਰ ਦਾ ਹੋਵੇਗਾ। ਸੋ ਤੁਹਾਨੂੰ ਜਿਵੇਂ BA ਫਸਟ, BA ਸੈਕੰਡ ਅਤੇ BA ਥਰਡ ਦੀਆਂ ਜੋ ਪੰਜਾਬੀ ਦੀਆਂ ਬੁੱਕਸ ਨੇ ਉਹ ਵੀ ਰੀਡ ਕਰਨੇ ਹੋਣਗੀਆਂ। ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਲੈਵਲ 'ਤੇ ਜੋ ਕੁਐਸਚਨ MCQ ਨੇ ਜੋ ਪ੍ਰੋਵਾਈਡ ਕੀਤੇ ਜਾਣ। ਇਸ ਤੋਂ ਇਲਾਵਾ ਸਾਰੇ ਇਹਦੇ ਵਿੱਚ ਸਾਹਿਤਕਾਰ ਆ ਜਾਂਦੇ ਨੇ। A to Z ਆ ਜੋ ਤੁਹਾਨੂੰ ਇਹਦੀ ਸਟੱਡੀ ਕਰਨੀ ਹੋਏਗੀ। ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਹੈ ਜੋ ਤੁਹਾਨੂੰ ਪੰਜਾਬੀ ਸਬਜੈਕਟ ਦੀ ਸਟੱਡੀ ਕਰਨੀ ਹੋਏਗੀ। ਇਹ ਨਹੀਂ ਹੋਏਗਾ ਕਿ ਸਟਾਰਟਿੰਗ 'ਚ ਹੈ ਤੁਸੀਂ BA ਲੈਵਲ ਦਾ ਹੈ ਜੋ ਰੀਡ ਕਰੋ, ਜਿਵੇਂ ਕਿ ਇਸ ਵਾਰ ਪੰਜਾਬ ਟੈਟ ਵਿੱਚ ਹੋਇਆ। ਜਿਵੇਂ ਕਿ ਪੰਜਾਬ ਟੈਟ ਵਿੱਚ ਹੈ ਜੋ ਲੋਅ ਲੈਵਲ ਦਾ ਪੇਪਰ ਪਾਇਆ ਗਿਆ ਸੀਗਾ, ਤਾਂ ਅਕਸਰ ਇਹ ਜੋ ਸਾਨੂੰ ਕੁਐਸਚਨ ਆਉਂਦੇ ਸੀ ਤਾਂ ਫਿਰ ਵੀ ਗਲਤ ਟਿਕ ਹੋਏ ਨੇ, ਕਿਉਂਕਿ ਅਸੀਂ ਉਹ ਰੀਡ ਨਹੀਂ ਕੀਤੇ ਸੀ। ਹਾਈ ਲੈਵਲ ਦਾ ਜੋ ਅਸੀਂ ਰੀਡ ਕੀਤਾ ਸੀ ਉਹ ਇਸ ਤਰ੍ਹਾਂ ਨਾ ਹੋਵੇ ਕਿ ਪੰਜਾਬੀ ਸਬਜੈਕਟ ਵਿੱਚ ਹੈ ਜੋ ਬਿਲਕੁਲ ਈਜ਼ੀ ਕੁਐਸਚਨ ਆਉਣ ਅਤੇ ਆਪਾਂ ਕਨਫਿਊਜ਼ ਹੋ ਜਾਈਏ। ਵੀ ਮਿਲਦੇ ਜੁਲਦੇ ਅਫਸਰਾਂ 'ਚ ਆਂਸਰ ਹੁੰਦੇ ਨੇ ਵੀ ਇਹਦਾ ਆਂਸਰ ਕਿਹੜਾ ਹੋਵੇਗਾ, ਜਿਸ ਕਰਕੇ ਗਲਤ ਟਿਕ ਲੱਗ ਜਾਂਦੀ ਹੈ। ਸੋ ਇਹਨਾਂ ਜਿਵੇਂ ਕੱਲ੍ਹ ਵੀ ਅਸੀਂ ਵੀਡੀਓ 'ਚ ਦੱਸਿਆ ਸੀਗਾ ਪੰਜਾਬੀ ਅਤੇ SST ਦੋ ਸਬਜੈਕਟ ਨੇ ਜਿਨ੍ਹਾਂ ਦੀ ਮੈਰਿਟ ਹੈ ਜੋ ਬਹੁਤ ਹਾਈ ਜਾਂਦੀ ਹੈ, ਕੰਪੀਟੀਸ਼ਨ ਬਹੁਤ ਹੁੰਦਾ ਹੈ ਇਹਨਾਂ ਦੋ ਸਬਜੈਕਟਾਂ ਵਿੱਚ। ਹਰ ਕੋਈ ਹੈ ਜੋ ਪੰਜਾਬੀ ਅਤੇ SST ਦੇ ਤੌਰ 'ਤੇ ਹੈ ਜੋ ਅਪਲਾਈ ਕਰਦਾ, ਇਸ ਕਰਕੇ ਮੈਰਿਟ ਜਾਣੀ ਤਾਂ ਨੋਰਮਲੀ ਹੈ। 150 ਨੰਬਰ ਦਾ ਇਹਦਾ ਹੈ ਜੋ ਪੇਪਰ ਆਉਂਦਾ। ਸੋ ਕੋਈ ਟਫ ਐਗਜ਼ਾਮ ਤਾਂ ਨਹੀਂ ਹੁੰਦਾ, ਇਹ ਬਿਲਕੁਲ ਈਜ਼ੀ ਹੁੰਦਾ, ਜਿਸ ਕਰਕੇ ਇਹਦੀ ਹੈ ਜੋ ਇੰਨੀ ਮੈਰਿਟ ਚਲੀ ਜਾਂਦੀ ਹੈ। ਸੋ ਤੁਹਾਨੂੰ ਪਹਿਰੇ ਵਿੱਚੋਂ ਕੁਐਸਚਨ ਵੀ ਆ ਸਕਦੇ ਆ, ਇਹਦੇ ਵਿੱਚ ਕੁਝ ਵੀ ਹੈ ਜੋ ਆ ਸਕਦਾ ਹੈ। ਬਾਕੀ ਤੁਹਾਨੂੰ ਜੋ ਵੀ ਇਹ ਸਾਰਾ ਸਿਲੇਬਸ ਹੈ ਅਸੀਂ ਦਿੱਤਾ ਤਾਂ ਇਹਦੇ ਅਕੋਰਡਿੰਗ ਹੀ ਹੈ ਜੋ ਤੁਸੀਂ ਨੇ ਸਟੱਡੀ ਕਰਨੀ ਹੈ। ਇਸ ਸਿਲੇਬਸ ਤੋਂ ਬਾਹਰ ਹੈ ਜੋ ਮਾਸਟਰ ਕੇਡਰ ਪੰਜਾਬੀ ਦਾ ਇਗਜ਼ਾਮ ਨਹੀਂ ਆਏਗਾ, ਇੰਨਾ ਜ਼ਿਆਦਾ ਟਫ ਨਹੀਂ ਆਏਗਾ। ਤੋ ਲੋੜ ਤਾਂ ਤੁਹਾਨੂੰ ਹੁਣ ਹੈ ਜੀ ਸਾਰੀ ਸਟੱਡੀ ਕਰਨ ਦੀ। ਹੁਣੇ ਤੋਂ ਅਗਰ ਤੁਸੀਂ ਸਟੱਡੀ ਕਰੋਗੇ ਕਨਸੈਪਟ ਵਾਈਜ਼ A ਤੋਂ ਲੈ ਕੇ Z ਤੱਕ ਕਹਿਣ ਤੋਂ ਭਾਵ, ਤਾਂ ਤੁਹਾਡਾ ਜੋ ਵਧੀਆ ਰਿਜ਼ਲਟ ਆਏਗਾ, ਚੰਗੀ ਮੈਟ ਬਣੇਗੀ। ਸੋ ਕਿਸੇ ਪ੍ਰਕਾਰ ਦੀ ਮਨ 'ਚ ਤੁਸੀਂ ਟੈਨਸ਼ਨ ਵੀ ਨਹੀਂ ਲੈਣੀ ਵੀ ਕੀ ਬਣੇਗਾ ਜਾਂ ਕੀ ਨਹੀਂ ਹੋਏਗਾ। ਤੁਸੀਂ ਸਿਰਫ ਜੋ ਆਪਣਾ ਸਟੱਡੀ ਵੱਲ ਧਿਆਨ ਦੇਣਾ। ਇਸ ਤੋਂ ਇਲਾਵਾ ਅਸੀਂ ਮਾਸਟਰ ਗੇਟ ਦੇ ਜੋ ਹਿਸਟਰੀ, ਸੋਸ਼ਲ ਸਟੱਡੀ ਦੋ ਸਬਜੈਕਟ ਨੇ ਇਸ 'ਤੇ ਵੀਡੀਓ ਪ੍ਰੋਵਾਈਡ ਕਰ ਰਹੇ ਹਾਂ। ਪਹਿਲਾਂ ਵੀ ਕਰ ਰਹੇ ਸੀ ਪਰ ਵਿੱਚ ਇਹ ਜੋ ਪੰਜਾਬ ਟੈਟ ਆ ਗਿਆ ਸੀ, ਜਿਸ ਕਰਕੇ ਅਸੀਂ ਪੰਜਾਬ ਟੈਟ ਦੀਆਂ ਵੀਡੀਓ ਪ੍ਰੋਵਾਈਡ ਕੀਤੀਆਂ ਨੇ। ਅਤੇ ਹੁਣ ਤੋਂ ਫਿਰ ਹੈ ਜੋ ਅਸੀਂ ਮਾਸਟਰ ਗੇਟ ਦੇ ਜੋ MCQ ਕੁਐਸਚਨ ਨੇ SST ਸੋਸ਼ਲ ਸਟੱਡੀ ਅਤੇ ਹਿਸਟਰੀ ਨੇ ਜੋ ਦੋਨਾਂ ਸਬਜੈਕਟਾਂ ਦੇ ਪ੍ਰੋਵਾਈਡ ਕਰ ਰਹੇ ਹਾਂ। ਕੋਸ਼ਿਸ਼ ਆ ਵੀ ਹਿੰਦੀ ਅਤੇ ਪੰਜਾਬੀ ਦੇ ਵੀ ਅਸੀਂ ਪ੍ਰੋਵਾਈਡ ਕਰੀਏ, ਜਲਦੀ ਅਸੀਂ ਸਟਾਰਟ ਕਰਾਂਗੇ। ਤਾਂ ਕਿੰਨੇ ਆ ਤੁਹਾਡੇ ਸਾਡੇ ਨਾਲ ਆਡੀਅੰਸ ਜੁੜੀ ਹੋਈ ਹੈ, ਕਿਹੜੇ ਕਿਹੜੇ ਸਬਜੈਕਟ ਦੇ ਹੋ ਮਾਸਟਰ ਕੇਡਰ ਦੇ, ਤਾਂ ਇਸ ਵੀਡੀਓ ਵਿੱਚ ਕਮੈਂਟ ਜ਼ਰੂਰ ਕਰਿਓ, ਤਾਂ ਸਾਨੂੰ ਵੀ ਪਤਾ ਲੱਗ ਸਕੇ ਕਿ ਕਿਹੜੇ ਸਬਜੈਕਟ ਦੇ ਜੋ ਕਿੰਨੇ ਸਟੱਡੀ ਕਰਨ ਵਾਲੇ ਸਾਡੇ ਨਾਲ ਸਟੂਡੈਂਟ ਜੁੜੇ ਹੋਏ ਨੇ। ਸੋ ਹਿਸਟਰੀ ਦਾ ਤਾਂ ਜੁੜੇ ਹੋਏ ਨੇ, SST ਦੇ ਵੀ ਨੇ, ਅਤੇ ਇਹਨਾਂ ਦੋ ਸਬਜੈਕਟਾਂ ਦਾ ਅਸੀਂ ਦੇਖਣਾ ਹੈ ਕਿ ਕਿੰਨੇ ਜੁੜੇ ਹੋ। ਤਾਂ ਕਮੈਂਟ ਵਿੱਚ ਜ਼ਰੂਰ ਮੈਨਸ਼ਨ ਕਰ ਦਿਓ ਕਿ ਤੁਸੀਂ ਕਿਹੜੇ ਮਾਸਟਰ ਕੇਡਰ ਸਬਜੈਕਟ ਦਾ ਜੋ ਐਗਜ਼ਾਮ ਦੇਣਾ ਹੈ। ਸੋ ਗਾਇਜ਼, ਇਸ ਤੋਂ ਇਲਾਵਾ ਅਸੀਂ ਪੰਜਾਬੀ ਸਬਜੈਕਟ ਤੋਂ ਇਲਾਵਾ ਸੋਸ਼ਲ ਸਟੱਡੀ ਦੇ ਤੁਹਾਨੂੰ ਸਿਲੇਬਸ ਪ੍ਰੋਵਾਈਡ ਕਰਾਂਗੇ, ਹਿਸਟਰੀ ਸਬਜੈਕਟ ਦਾ ਵੀ, ਹਿੰਦੀ ਦਾ ਵੀ, ਸਾਇੰਸ ਦਾ ਵੀ, ਸਾਰੇ ਅਸੀਂ ਸਬਜੈਕਟ ਦਾ ਤੁਹਾਨੂੰ ਸਿਲੇਬਸ ਪ੍ਰੋਵਾਈਡ ਕਰਾਂਗੇ। ਪੰਜਾਬੀ ਦਾ ਤਾਂ ਸਟਾਰਟ ਕਰ ਦਿੱਤਾ, ਇਹ ਤੋਂ ਅਸੀਂ ਪ੍ਰੋਵਾਈਡ ਕਰ ਦਿੱਤਾ, ਆਉਣ ਵਾਲੇ ਦਿਨਾਂ 'ਚ ਦੂਜੇ ਸਬਜੈਕਟਾਂ ਦਾ ਵੀ ਅਸੀਂ ਸਿਲੇਬਸ ਪ੍ਰੋਵਾਈਡ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਵੀਡੀਓ ਨੂੰ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਸਾਰੇ ਤੱਕ ਇਹ ਸਿਲੇਬਸ ਦੀ ਜਾਣਕਾਰੀ ਹੈ ਜੋ ਪਹੁੰਚ ਸਕੇ ਅਤੇ ਉਹ ਆਪਣੀ ਸਟੱਡੀ ਹੈ ਜੋ ਤਿਆਰ ਕਰ ਸਕਣ। ਬਾਕੀ ਵੀਡੀਓ ਕੰਟੀਨਿਊ ਸਾਡੀਆਂ ਜਾਰੀ ਰਹਿਣਗੀਆਂ। ਧੰਨਵਾਦ ਜੀ।